ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਸਾਡੇ ਨਵੇਂ ਮੁੱਖ ਮੰਤਰੀ ਜੀ ਚਰਨਜੀਤ ਚੰਨੀ ਜੀ ਨੂੰ। ਬਹੁਤ ਇਮਾਨਦਾਰ, ਬਹੁਤ ਲੰਮੇ ਟਾਈਮ ਤੋਂ ਇੰਤਜ਼ਾਰ ਸੀ ਇੱਕ ਇਮਾਨਦਾਰ ਮੁੱਖ ਮੰਤਰੀ ਦਾ, ਜੋ ਸਾਡੀ ਹੁਣ ਆਸ ਪੂਰੀ ਹੋਈ ਆ। ਅਤੇ ਨਾਲ ਹੀ ਅਸੀਂ ਧਿਆਨ ਦਿਵਾਉਣਾ ਚਾਹੁੰਦੇ ਹਾਂ ਸਾਡੀ ਇੱਕ ਯੂਨੀਅਨ ਪਿਛਲੇ 33 ਦਿਨ ਤੋਂ SS ਬੋਰਡ ਦੇ ਬਾਹਰ ਮੋਹਾਲੀ ਵਿੱਚ ਬੈਠੀ ਹੋਈ ਆ। ਸਾਡੀ ਇੱਕੋ ਇੱਕ ਮੰਗ ਆ, ਕਿਉਂਕਿ ਸਾਡੇ ਜਿਹੜੇ ਵਿਦਿਆਰਥੀ ਹੈਗੇ ਪਿਛਲੇ 5 ਸਾਲਾਂ ਤੋਂ ਸਟੈਨੋਗ੍ਰਾਫੀ ਪੰਜਾਬੀ ਦੀ ਤਿਆਰੀ ਕਰਦੇ ਪਏ ਆ, ਸਰਕਾਰ ਦਾ ਆਪਦਾ ਅਦਾਰਾ ਭਾਸ਼ਾ ਵਿਭਾਗ, ਉੱਥੋਂ 2 ਸਾਲ ਦਾ ਸਰਟੀਫਿਕੇਟ ਲੈਣ ਤੋਂ ਬਾਅਦ, ਕੋਰਸ ਪੂਰਾ ਕਰਨ ਤੋਂ ਬਾਅਦ ਬੱਚੇ ਬਹੁਤ ਨਿਰਾਸ਼ ਹੋਏ ਬੈਠੇ ਆ। ਅਤੇ ਬਹੁਤ ਮੰਗ ਪੱਤਰ ਦੇਣ ਤੋਂ ਬਾਅਦ, ਸਾਰੇ ਜਿੰਨੇ ਵੀ ਲੀਡਰਸ ਹੈਗੇ ਸਾਰਿਆਂ ਨੂੰ ਮਿਲਣ ਤੋਂ ਬਾਅਦ ਹੁਣ ਧਰਨੇ 'ਤੇ ਬੈਠੇ ਹੋਏ ਆ। ਪਰ ਫਿਰ ਵੀ ਸਰਕਾਰ ਦਾ ਪਿਛਲੇ 35 ਦਿਨਾਂ ਵਿੱਚ ਕੋਈ ਵੀ ਧਿਆਨ ਉੱਧਰ ਨਹੀਂ ਗਿਆ। ਅਸੀਂ ਮੁੱਖ ਮੰਤਰੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਵੀ ਉਸ ਯੂਨੀਅਨ ਜਿਹੜੀ ਬੈਠੀ ਆ, ਛੋਟੇ ਛੋਟੇ ਬੱਚੇ ਆ, ਕੁੜੀਆਂ ਹੈਗੀਆਂ, ਮੈਰਿਡ ਹੈਗੀਆਂ, ਆਪਦੇ ਛੋਟੇ ਛੋਟੇ ਬੱਚਿਆਂ ਨੂੰ ਘਰੇ ਛੱਡ ਕੇ ਉਸ ਧਰਨੇ ਵਿੱਚ ਸ਼ਾਮਿਲ ਹੋ ਰਹੀਆਂ, ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ। ਸਾਡਾ ਪਿਛਲੇ 5 ਸਾਲਾਂ ਵਿੱਚ ਕੋਈ ਵੀ ਨੋਟੀਫਿਕੇਸ਼ਨ ਸਟੈਨੋਗ੍ਰਾਫੀ ਪੰਜਾਬੀ ਦਾ ਨਹੀਂ ਆਇਆ, ਉਹਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਅਤੇ ਸਾਨੂੰ ਬਹੁਤ ਉਮੀਦ ਸਾਡੇ ਮੁੱਖ ਮੰਤਰੀ ਜੀ ਤੋਂ ਵੀ ਉਹ ਸਾਡੀਆਂ ਮੰਗਾਂ ਨੂੰ ਮੰਨਣਗੇ, ਜਿਵੇਂ ਉਹਨਾਂ ਨੇ ਕੱਲ੍ਹ ਹੀ ਵੀਡੀਓ ਵਿੱਚ ਵੀ ਵਾਅਦਾ ਕੀਤਾ ਆ। ਕੁਛ ਅਨਾਊਂਸਮੈਂਟ ਕਾਫੀ ਕੀਤੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿੰਨੇ ਕਲੱਚੇ ਮੁਲਾਜ਼ਮ ਹੈਗੇ ਆ ਉਹਨਾਂ ਦਾ ਵੀ ਧਰਨਾ ਖਤਮ ਕੀਤੇ ਜਾਣਗੇ, ਜਿਹੜੀਆਂ ਪੋਸਟਾਂ ਕੋਲ ਰਹਿੰਦੀਆਂ, 1 ਲੱਖ ਨੌਕਰੀਆਂ ਦਾ ਵੀ ਉਹਨਾਂ ਨੇ ਐਲਾਨ ਕੀਤਾ। ਉਹਦੇ ਵਿੱਚ ਕੁਛ ਕੁ ਪੋਸਟਾਂ ਜਿਹੜੀਆਂ ਡਿਪਾਰਟਮੈਂਟਾਂ ਵਿੱਚ ਖਾਲੀ ਪਈਆਂ ਸਟੈਨੋਗ੍ਰਾਫੀ ਪੰਜਾਬੀ ਦੀਆਂ, ਉਹ ਵੀ ਜਲਦੀ ਜਲਦੀ ਭਰੀਆਂ ਜਾਣ।